ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਧਿਆਨਪੁਰ ਵਿੱਚ ਜਿੱਥੇ ਇੱਕ ਨਸ਼ੇੜੀ ਪਤੀ ਨੇ ਆਪਣੀ 50 ਸਾਲਾ ਪਤਨੀ ਰਮਾ ਦਾ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ। ਮ੍ਰਿਤਕਾ ਰਮਾ ਦੇ ਬੇਟੇ ਵਿਕਾਸ ਨੇ ਦੱਸਿਆ ਕਿ ਉਹ ਬਾਹਰ ਗਿਆ ਹੋਇਆ ਸੀ ਅਤੇ ਪਿੱਛੇ ਘਰ ਉਸ ਦੀ ਮਾਂ ਰਮਾ ਅਤੇ ਪਿਤਾ ਅਰੁਣ ਕੁਮਾਰ ਘਰ ਇਕੱਲੇ ਸਨ, ਜਿੱਥੇ ਉਸਦਾ ਪਿਤਾ ਨੇ ਉਸਦੀ ਮਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ ਕਿਉਂਕਿ ਉਸਦਾ ਪਿਤਾ ਉਸਦੀ ਮਾਂ 'ਤੇ ਸ਼ੱਕ ਕਰਦਾ ਰਹਿੰਦਾ ਸੀ। ਬਹੁਤ ਵਾਰ ਉਸਨੂੰ ਰਿਸ਼ਤੇਦਾਰ ਅਤੇ ਅਸੀਂ ਖੁਦ ਵੀ ਸਮਝਾਇਆ ਸੀ ਪਰ ਉਸਦੇ ਸਮਝ ਹੀ ਨਹੀਂ ਪੈ ਰਹੀ ਸੀ। ਉੱਤੋਂ ਉਸਦਾ ਪਿਤਾ ਨਸ਼ਾ ਵੀ ਕਰਦਾ ਸੀ, ਅਕਸਰ ਹੀ ਮਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਅੱਜ ਉਸਨੇ ਤੇਜ਼ਧਾਰ ਹਥਿਆਰਾਂ ਨਾਲ ਮਾਂ 'ਤੇ ਵਾਰ ਕਰਦੇ ਹੋਏ ਉਸਨੂੰ ਮੌਤ ਦੇ ਘਰ ਉਤਾਰ ਦਿੱਤਾ। ਖੁਦ ਮੌਕੇ ਤੋਂ ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਉਸਦੇ ਪਿਤਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਉੱਤੇ ਦੂਜੇ ਪਾਸੇ ਮ੍ਰਿਤਕਾ ਦਾ ਪਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੇਰੇ ਮਦਰ ਹੈ ਜੀ, ਹਾਂਜੀ, ਮੈਂ ਤਾਂ ਘਰ ਨਹੀਂ ਹੈਗਾ ਜਦੋਂ ਲੜਾਈ ਹੋਈ ਪਿੱਛੋਂ, ਮੈਂ ਤਾਂ ਗਿਆ ਹੈਗਾ ਬਾਹਰ ਅਤੇ ਪਿੱਛੋਂ ਪਤਾ ਨਹੀਂ ਕੀ ਹੋਇਆ ਕੀ ਆ, ਦਿਮਾਗ 'ਚ ਉਹਨਾਂ ਨੇ ਚੱਕ ਚੁੱਕ ਮਾਰੇ ਆ ਪਾਪਾ ਮੇਰੇ ਨੇ। ਹਾਂਜੀ, ਆਪਸ 'ਚ ਲੜਾਈ ਪਹਿਲਾਂ ਵੀ ਹੁੰਦੀ ਰਹਿੰਦੀ, ਇੱਦਾਂ ਤੂੰ ਤਾਂ ਮੈਂ ਹੁੰਦੀ ਰਹਿੰਦੀ ਹੈ, ਇੱਦਾਂ ਲੜਾਈ ਵੀ ਹੋਈ ਇੱਕ ਦੋ ਵਾਰੀ, ਹੱਥ ਤੁਸੀਂ ਬੜੀ ਵਾਰੀ ਚੁੱਕਦੇ ਰਹੇ ਆ, ਪਹਿਲਾਂ ਵੀ ਕੰਪਲੇਂਟ ਵਗੈਰਾ ਬੜੀ ਵਾਰੀ ਕਰਵਾਈ ਆ ਪਰ ਕੋਈ ਕਾਰਵਾਈ ਨਹੀਂ ਹੈਗੀ ਖਾਸ ਹੋਈ, ਅਤੇ ਫਿਰ ਰਜਾਮੰਦੀ ਹੋ ਜਾਂਦੀ ਰਹੀ, ਚਲੋ ਬੰਦੇ ਬਹਿ ਬੂ ਕੇ ਕਰਾ ਦਿੰਦੇ ਰਹੇ। ਇਸ ਵਾਰ ਪਤਾ ਨਹੀਂ ਕੀ ਹੋਇਆ, ਪਹਿਲਾਂ ਵੀ ਇੱਕ ਦੋ ਦਿਨ ਕਹਿੰਦੇ ਸੀਗੇ ਕਿ ਮੈਂ ਤੈਨੂੰ ਮਾਰ ਛੱਡਣਾ, ਬੜੀ ਵਾਰੀ ਕਿਹਾ ਕਿ ਮੈਂ ਮਾਰ ਛੱਡਣਾ, ਕੰਪਲੇਂਟ ਵੀ ਕਰਵਾਈ ਬੜੀ ਵਾਰੀ, ਪੁਲਿਸ ਵੱਲੋਂ ਕੋਈ ਖਾਸ ਕਾਰਵਾਈ ਨਹੀਂ ਹੋਈ। ਅਤੇ ਇਸ ਵਾਰ ਪਤਾ ਨਹੀਂ, ਮੈਂ ਤਾਂ ਘਰ ਨਹੀਂ ਹੈਗਾ ਅਤੇ ਇਸ ਤਰ੍ਹਾਂ ਹੋ ਗਿਆ। ਕਰਦਾ ਬੜੀਆਂ ਹੱਡ ਵੱਡੀਆਂ ਵੱਡੀਆਂ ਤਿੱਖੀਆਂ ਹੁੰਦੀਆਂ, ਫਾਸਟ ਫੂਡ ਦਾ ਕੰਮ ਹੈ ਸਾਡਾ, ਕਰਦਾ ਬੜੀਆਂ ਵੱਡੀਆਂ ਹੁੰਦੀਆਂ ਝਗੜਾ, ਤਾਂ ਇੱਦਾਂ ਹੀ ਸ਼ੱਕ ਸ਼ੁੱਕ ਸੀਗਾ ਕਰਦੇ। ਹਾਂਜੀ, ਬੜੀ ਵਾਰੀ ਪਹਿਲਾਂ ਵੀ ਹੋਈ ਗੱਲਬਾਤ ਕਿ ਤੇਰਾ ਇਸ ਤਰ੍ਹਾਂ ਗੱਲਬਾਤ ਆ, ਅਤੇ ਬੜੀ ਵਾਰੀ ਸਾਰਿਆਂ ਨੂੰ ਸਮਝਾਇਆ ਪੈ ਗਿਆ ਕਿ ਨਹੀਂ ਸਹੀ, ਸਾਰਾ ਕੁਛ ਵਧੀਆ ਵਾ, ਸਾਰਾ ਘਰ ਬੜ ਵਧੀਆ ਵਾ, ਚੱਲਣ ਡਿਆ ਸਾਰਾ ਕੁਛ, ਤੂੰ ਐਵੇਂ ਜਾਣ ਕੇ ਗੋਲੀ ਕੈਪਸੂਲ ਖਾਂਦੇ ਸੀ, ਦਿਮਾਗ ਖਰਾਬ ਹੋਇਆ ਪਿਆ ਨਸ਼ਾ ਕਰਦੇ। ਹਾਂਜੀ, ਅਤੇ ਇਸ ਜਗ੍ਹਾ 'ਤੇ ਫਿਰ 50 ਸਾਲ ਫਰਾਰ ਆ, ਭੱਜ ਕੇ ਨਾਲ ਹੀ ਕਰਾਂਗੇ। ਅਸੀਂ ਤਾਂ ਇਨਸਾਫ ਹੀ ਚਾਹੁੰਦੇ ਹਾਂ ਜੀ, ਮੈਂ ਤਾਂ ਚਾਹੁੰਦਾ ਕਿ ਹੁਣ ਜੇਲ੍ਹ 'ਚ ਬਾਹਰ ਨਾ ਆਇਆ ਸਾਰੀ ਜ਼ਿੰਦਗੀ, ਜੇ ਆ ਗਿਆ ਤਾਂ ਮੈਂ ਵੀ ਜਾਊਂਗਾ ਫਿਰ ਪਿੱਛੇ ਜੇਲ੍ਹ 'ਚ, ਮੈਂ ਵੀ ਮਾਰੂੰਗਾ ਫਿਰ, ਮੈਂ ਆਪਣੀ ਮਾਂ ਨੂੰ ਇੱਦਾਂ ਤਾਂ ਨਾ ਛੱਡ ਸਕਦਾ, ਉਹਨੇ ਵਿਚਾਰੇ ਸਾਰੀ ਉਮਰ ਦੁੱਖ ਵੇਖੇ, ਉਹਨੂੰ ਲਾਸਟ ਇਹੋ ਜਿਹੀ ਮੌਤ ਨਹੀਂ ਸੀ। ਸਾਡੇ ਕੋਲ ਰਮਾ ਪੇਸ਼ੈਂਟ ਆਏ ਨੇ, ਵਾਈਫ ਆਫ ਅਰੁਣ ਕੁਮਾਰ, ਇਹਨਾਂ ਦਾ ਬੇਟਾ ਲੈ ਕੇ ਆਇਆ, ਜਦੋਂ ਆਏ ਸੀਗੇ ਬਰਾਡ ਡੈਡੀ ਪੇਸ਼ੈਂਟ। ਕਿਸ ਤਰੀਕੇ ਨਾਲ ਉਹਦੇ ਬਾਰੇ ਤਾਂ ਸਾਨੂੰ ਨਹੀਂ ਪਤਾ, ਬਟ ਜਦੋਂ ਸਾਡੇ ਕੋਲ ਆਏ ਨੇ ਬਾਡੀ 'ਤੇ ਜਿਹੜੇ ਆ ਇਨਸਾਈਡ ਵੂਨ ਪ੍ਰੈਜੈਂਟ ਹੈਗੇ ਨੇ। ਕਿੰਨੀ ਉਮਰ ਹੈਗੀ? 50 ਈਅਰ। ਦੱਸਿਆ ਬੇਟੇ ਨੇ ਕਿ ਕਿਸ ਤਰੀਕੇ ਨਾਲ ਹੋਇਆ ਜਾਂ ਕੀ ਘਟਨਾ ਵਾਪਰੀ? ਬੇਟਾ ਕਹਿ ਰਿਹਾ ਸੀ ਕਿ ਮੈਂ ਘਰ ਨਹੀਂ ਸੀਗਾ ਅਤੇ ਮੈਨੂੰ ਨੇਬਰ ਦੀ ਕਾਲ ਆਈ ਸੀ ਅਤੇ ਮੰਮੀ ਪਾਪਾ ਦੇ ਵਿੱਚ ਹੀ ਕੋਈ ਲੜਾਈ ਹੋਈ ਹੈ ਅਤੇ ਉਹਦੇ ਦੌਰਾਨ ਹੀ ਹੋਇਆ।